ਸਵੰਜੋ ਤੋਂ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ 'ਤੇ। ਸਵਾਗਤ ਕਰਦਾ ਜੀ ਸਾਰਾ ਦਿਨ ਬਾਅਦ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ 'ਤੇ ਪਹਿਲੀ ਵਾਰ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕੋਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਮਿਲਦੀ ਰਹੇ। ਇਸ ਚੈਨਲ ਦੇ ਉੱਤੇ ਪੀ ਐਸ ਟੈਟ, ਸੀ ਟੈਟ, ਮਾਸਟਰ ਗ੍ਰੇਡਰ, ਐਨ ਟੀ ਟੀ ਦੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਵੀਡੀਓਜ਼ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਸਪੈਸ਼ਲੀ ਜਿਹੜੀ ਗੱਲ ਕਰਾਂਗੇ ਪੀ ਐਸ ਟੈਟ ਦੇ ਐਗਜ਼ਾਮ ਦੇ ਨਾਲ ਰਿਲੇਟਡ ਗੱਲ ਕਰਾਂਗੇ, ਕਿਉਂਕਿ ਉਸਦਾ ਪੇਪਰ ਜਿਹੜਾ ਬੜਾ ਕਰੀਬ ਹੈ। ਸੋ ਉਸ ਦੇ ਨਾਲ ਰਿਲੇਟਡ ਜਿਹੜੇ ਹੈ 50 ਐਮ ਸੀ ਕਿਊ ਰਹਿਣਗੇ, ਜੋ ਕਿ ਵਨ ਲਾਈਨਰ ਰਹਿਣਗੇ, ਪੋਲੀਟੀਕਲ ਸਾਇੰਸ ਦੇ ਨੇ। ਸੋ ਇਸ ਤੋਂ ਪਹਿਲਾਂ ਚਾਈਲਡ ਡਿਵੈਲਪਮੈਂਟ ਦੀ ਜਿਹੜੀਆਂ ਦੋ ਵੀਡੀਓ ਅਪਲੋਡ ਕਰ ਚੁੱਕੇ ਹਾਂ। ਸੋ ਇਸ ਤੋਂ ਇਲਾਵਾ ਅਗਲੀਆਂ ਕਲਾਸਸ ਹਿਸਟਰੀ, ਸਿਵਿਕਸ ਅਤੇ ਇਕਨੋਮਿਕਸ ਜਾਂ ਜੋਗ੍ਰਾਫੀ ਜਿਹੜੀਆਂ ਨੇ ਉਹਦੀਆਂ ਵੀਡੀਓਜ਼ ਵੀ ਤੁਹਾਨੂੰ ਬੜੀ ਜਲਦੀ ਮਿਲ ਜਾਣਗੀਆਂ, ਤਾਂ ਕਿ ਤੁਸੀਂ ਇਹਨਾਂ 28 ਦਿਨਾਂ ਦੇ ਵਿੱਚ ਜਾਂ 20 ਜਾਂ 25 ਦਿਨਾਂ ਦੇ ਵਿੱਚ ਜਿਹੜੀ ਤਿਆਰੀ ਉਹ ਆਪਣੀ ਕੰਪਲੀਟ ਕਰ ਸਕੋ। ਸੋ ਵੱਧ ਤੋਂ ਵੱਧ ਜਿਹੜੇ ਕੁਐਸਚਨ ਨੇ ਉਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਉਮੀਦ ਕਰਦਾ ਕਿ ਸੈਸ਼ਨ ਜਿਹੜਾ ਸਾਰਿਆਂ ਦੇ ਲਈ ਵਧੀਆ ਰਹੂਗਾ। ਸੋ ਸਾਰੀ ਵੀਡੀਓ ਜ਼ਰੂਰ ਦੇਖਿਆ ਕਰੋ ਤਾਂ ਕਿ ਕੋਈ ਵੀ ਕੁਐਸਚਨ ਜਿਹੜਾ ਤੁਹਾਡੇ ਤੋਂ ਮਿਸ ਨਾ ਹੋਵੇ। ਸੋ ਵਟਸਐਪ ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਜਿਹੜੀਆਂ ਕਲਾਸਿਸ ਦੇ ਲੱਗਦੀਆਂ ਨੇ ਸੋ ਉਹਨਾਂ ਦੀ ਹੀ PDF ਤੁਹਾਨੂੰ ਮਿਲੇਗੀ ਇਸ ਦੇ ਵਿੱਚ। ਸੋ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ, ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਕਲਾਸ ਸ਼ੁਰੂ। ਸੋ ਸਾਰੇ ਵਨ ਲਾਈਨਰ ਰਹਿਣਗੇ, ਸੋ ਮੋਸਟਲੀ 50 ਜਿਹੜੇ ਐਮ ਸੀ ਕਿਊ ਰਹਿਣਗੇ, ਜੋ ਕਿ ਤੁਹਾਨੂੰ ਪੂਰੇ ਕੌਨਸਟੀਟਿਊਸ਼ਨ ਦੇ ਬਾਰੇ ਜਿਹੜੀ ਮੋਸਟਲੀ ਜਾਣਕਾਰੀ ਦੇਣਗੇ। ਤਾਂ ਫਸਟ ਕੁਐਸਚਨ ਹੈ ਇਹਦਾ, ਸਭ ਤੋਂ ਪਹਿਲਾਂ ਸੰਵਿਧਾਨ ਦੀ ਮੰਗ ਕਿਸੇ ਦੁਆਰਾ ਕੀਤੀ ਗਈ ਸੀ? ਸੋ ਇੰਡੀਅਨ ਕੌਨਸਟੀਟਿਊਸ਼ਨ ਦੀ ਜਿਹੜੀ ਮੰਗ ਹੈ, ਜੋ ਕਿ ਆਰਜ਼ੀ ਤੌਰ ਤੇ ਕਹਿ ਸਕਦੇ ਹੈਗੇ, ਸੋ ਸਭ ਤੋਂ ਪਹਿਲਾਂ ਜਿਹੜੀ ਹੈ ਉਹ ਕਿਸਨੇ ਕੀਤੀ ਸੀ? ਸੋ ਇਸਦਾ ਰਾਈਟ ਆਂਸਰ ਹੈ ਬਾਲ ਗੰਗਾਧਰ ਤਿਲਕ ਹੈ। ਸੋ ਇਸ ਦੇ ਦੁਆਰਾ ਅਸਿੱਧੇ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਸੰਵਿਧਾਨ ਦੀ ਮੰਗ ਕੀਤੀ ਗਈ ਸੀ। ਸੋ ਬਾਲ ਗੰਗਾਧਰ ਤਿਲਕ ਜਿਹੜਾ ਹੈ ਇਹ ਸਭ ਤੋਂ ਪਹਿਲਾਂ ਜਿਹੜਾ ਵਿਅਕਤੀ ਸੀ ਜਿਸਨੇ ਸੰਵਿਧਾਨ ਦੀ ਮੰਗ ਕੀਤੀ ਸੀ। ਓਕੇ, ਸੋ ਵਨ ਲਾਈਨਰ, ਕਿਉਂਕਿ ਆਪਸ਼ਨ ਦੇ ਵਿੱਚ ਜ਼ਿਆਦਾ ਟਾਈਮ ਵੇਸਟ ਹੋਊਗਾ ਅਤੇ ਸਮਾਂ ਸਾਡੇ ਕੋਲ ਥੋੜ੍ਹਾ ਹੈ, ਉਸ ਚੀਜ਼ ਨੂੰ ਧਿਆਨ ਰੱਖਦੇ ਹੋਏ ਇਸ ਚੀਜ਼ ਨੂੰ ਜਿਹੜਾ ਸ਼ੁਰੂ ਕੀਤਾ ਹੈ। ਨੈਕਸਟ ਕੁਐਸਚਨ ਹੈ, ਰਸਮੀ ਤੌਰ ਤੇ ਸੰਵਿਧਾਨ ਸਭਾ ਦਾ ਵਿਚਾਰ ਕਿਸ ਦੁਆਰਾ ਪੇਸ਼ ਕੀਤਾ ਗਿਆ? ਧਿਆਨ ਰੱਖਣਾ ਕਿ ਇੱਥੇ ਸੰਵਿਧਾਨ ਦੀ ਮੰਗ ਕੀਤੀ ਗਈ ਸੀ, ਜੋ ਕਿ ਅਸਿੱਧੇ ਰੂਪ ਦੇ ਵਿੱਚ ਸੀ, ਇਨਡਾਇਰੈਕਟ ਵੇ ਦੇ ਨਾਲ ਸੀ। ਦੂਸਰਾ ਕੁਐਸਚਨ ਹੈ, ਰਸਮੀ ਤੌਰ ਤੇ, ਫਾਰਮਲ ਤੌਰ ਦੇ ਉੱਪਰ ਸੰਵਿਧਾਨ ਸਭਾ ਜਿਹੜੀ ਹੈ, ਕੌਨਸਟੀਟਿਊਸ਼ਨ ਜਿਹੜੀ ਅਸੈਂਬਲੀ ਹੈ, ਉਸਦਾ ਵਿਚਾਰ ਕਿਸਨੇ ਪੇਸ਼ ਕੀਤਾ? ਸੋ MN ਰਾਏ ਸੀਗਾ ਜਿਸਨੇ ਕਿ ਰਸਮੀ ਤੌਰ ਦੇ ਉੱਪਰ, ਫਾਰਮਲੀ ਤੌਰ ਦੇ ਉੱਪਰ ਕੌਨਸਟੀਟਿਊਸ਼ਨ ਦੀ ਜਿਹੜੀ ਅਸੈਂਬਲੀ ਹੈਗੀ ਹੈਗੀ, ਸੋ ਉਸ ਦੀ ਪੇਸ਼ ਕੀਤੀ ਸੀਗੀ, ਯਾਨੀ ਕਿ ਉਸ ਦਾ ਜਿਹੜਾ ਵਿਚਾਰ ਹੈ ਉਸਨੇ ਸਭ ਤੋਂ ਪਹਿਲਾਂ ਪੇਸ਼ ਕੀਤਾ ਸੀ। ਤੀਸਰਾ ਕੁਐਸਚਨ ਹੈ, ਬ੍ਰਿਟਿਸ਼ ਸਰਕਾਰ ਨੇ ਪਹਿਲੀ ਵਾਰ ਕਦੋਂ ਸਵੀਕਾਰ ਕੀਤਾ ਕਿ ਭਾਰਤ ਦਾ ਸੰਵਿਧਾਨ ਭਾਰਤ ਦੇ ਲੋਕਾਂ ਦੁਆਰਾ ਹੀ ਤਿਆਰ ਕੀਤਾ ਜਾਵੇਗਾ? ਸੋ ਜਿੱਥੇ ਬ੍ਰਿਟਿਸ਼ ਸਰਕਾਰ ਕਿਸੇ ਵੀ ਤਰ੍ਹਾਂ ਦਾ ਕੌਨਸਟੀਟਿਊਸ਼ਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਸੋ ਉੱਥੇ ਹੀ ਉਹਨਾਂ ਨੇ ਪਹਿਲੀ ਵਾਰ ਇਹ ਵੀ ਸਵੀਕਾਰ ਕੀਤਾ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੋਊਗਾ ਉਹ ਭਾਰਤ ਦੇ ਲੋਕ ਹੀ ਬਣਾਉਣਗੇ, ਕਿਉਂਕਿ ਇਸ ਤੋਂ ਪਹਿਲਾਂ ਕਾਫੀ ਸਾਰੇ ਜਿਹੜੇ ਕ੍ਰਿਪਸ ਮਿਸ਼ਨ ਵਰਗੇ ਆਏ ਸੀਗੇ, ਠੀਕ ਹੈ। ਸੋ ਜਿਨ੍ਹਾਂ ਦੇ ਕਾਰਨ ਕਰਕੇ ਮੰਨਿਆ ਜਾਂਦਾ ਸੀ ਕਿ ਜਦੋਂ ਅੰਗਰੇਜ਼ ਅਧਿਕਾਰੀ ਸੰਵਿਧਾਨ ਨੂੰ ਤਿਆਰ ਕਰਨਗੇ ਤਾਂ ਹੋ ਸਕਦਾ ਕਿ ਉਹ ਲੋਕਾਂ ਦੇ ਪੱਖ ਦਾ ਨਾ ਹੋਵੇ, ਭਾਰਤੀ ਲੋਕਾਂ ਦੇ, ਬਟ ਇਸੇ ਚੀਜ਼ ਨੂੰ ਦੇਖਦੇ ਹੋਏ ਬ੍ਰਿਟਿਸ਼ ਸਰਕਾਰ ਨੇ ਇਸ ਚੀਜ਼ ਨੂੰ ਅਸੈਪਟ ਕਰ ਲਿਆ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੋਵੇਗਾ ਉਹ ਕਿਸੇ ਤਰ੍ਹਾਂ ਦਾ ਕੋਈ ਅੰਗਰੇਜ਼ ਅਧਿਕਾਰੀ ਨਹੀਂ ਬਣਾਵੇਗਾ। ਸੋ ਉਸਨੂੰ ਬਣਾਉਣ ਦੇ ਲਈ ਭਾਰਤ ਦੇ ਲੋਕ ਜਿਹੜੀ ਹੈ ਆਪਣੀ ਕੈਬਨਿਟ ਬਣਾਉਣਗੇ ਅਤੇ ਉਹ ਆਪਣੇ ਦੇਸ਼ ਦੇ ਲਈ ਇੱਕ ਸੰਵਿਧਾਨ ਵੱਖਰਾ ਬਣਾ ਸਕਦੇ ਹੈਗੇ ਨੇ। ਸੋ ਇਹ ਕਦੋਂ ਜਿਹੜਾ ਹੈ ਅਸੈਪਟ ਕੀਤਾ ਜਾਂ ਸਵੀਕਾਰ ਕੀਤਾ? 1940 ਦੇ ਵਿੱਚ, ਠੀਕ ਹੈ। ਸੋ 1940 ਦੇ ਵਿੱਚ ਇਹਨਾਂ ਨੇ ਇਹ ਸਟੈਪ ਅਸੈਪਟ ਕਰ ਲਿਆ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਭਾਰਤ ਦੇ ਲੋਕ ਹੀ ਬਣਾਉਣਗੇ। ਨੈਕਸਟ ਹੈ ਚੌਥਾ ਕੁਐਸਚਨ, ਪਹਿਲੀ ਵਾਰ ਕ੍ਰਿਪਸ ਮਿਸ਼ਨ ਨੇ ਸੰਵਿਧਾਨ ਤਿਆਰ ਕਰਨ ਦੇ ਲਈ ਸੰਵਿਧਾਨ ਸਭਾ ਦਾ ਗਠਨ ਦੀ ਗੱਲ ਕਦੋਂ ਕੀਤੀ? ਸੋ ਕ੍ਰਿਪਸ ਮਿਸ਼ਨ ਜਿਹੜਾ ਹੈ ਭਾਰਤ ਦੇ ਵਿੱਚ ਆਇਆ ਸੀ, ਸੋ ਇਹਦਾ ਵੀ ਜਿਹੜਾ ਮੇਨ ਮੋਟਿਵ ਸੀਗਾ ਜੋ ਕਿ 1942 ਦੇ ਵਿੱਚ ਆਇਆ ਸੀਗਾ ਕਿ ਭਾਰਤ ਦੇ ਲਈ ਸੰਵਿਧਾਨ ਬਣਾਉਣਾ ਹੈ, ਤਾਂ ਇਸਨੇ ਸਭ ਤੋਂ ਪਹਿਲਾਂ ਜਿਹੜਾ ਹੈ 1942 ਦੇ ਵਿੱਚ ਇਸ ਗੱਲ ਦੀ ਜਿਹੜੀ ਪੁਸ਼ਟੀ ਕੀਤੀ ਕਿ ਸੰਵਿਧਾਨ ਤਿਆਰ ਕਰਨ ਦੇ ਲਈ ਸੰਵਿਧਾਨ ਸਭਾ ਦਾ ਜਿਹੜਾ ਹੈ, ਕੌਨਸਟੀਟਿਊਸ਼ਨ ਅਸੈਂਬਲੀ ਦੀ ਜਿਹੜੀ ਹੈ ਜ਼ਰੂਰਤ ਪਵੇਗੀ, ਤਾਂ ਉਸਦੀ ਸਭ ਤੋਂ ਪਹਿਲਾਂ ਗੱਲ ਜਿਹੜੀ ਹੈ ਉਹ ਕ੍ਰਿਪਸ ਮਿਸ਼ਨ ਨੇ 1942 ਦੇ ਵਿੱਚ ਕੀਤੀ ਸੀ। ਨੈਕਸਟ ਹੈ ਪੰਜ ਨੰਬਰ, ਭਾਰਤ ਵਿੱਚ ਸੰਵਿਧਾਨ ਸਭਾ ਦਾ ਗਠਨ ਕਦੋਂ ਕੀਤਾ ਗਿਆ? ਸੋ ਰਾਈਟ ਇਸ ਦਾ ਆਂਸਰ, ਜੁਲਾਈ 1946 ਦੇ ਵਿੱਚ, ਠੀਕ ਹੈ। ਸੋ ਪਹਿਲੀ ਵਾਰ ਜਿਹੜਾ ਕਹਿ ਸਕਦੇ ਹੈਗੇ ਵਿਚਾਰ ਜਿਹੜਾ ਹੈ ਜਾਂ ਗੱਲ ਕੀਤੀ ਹੈ 1942 ਦੇ ਵਿੱਚ ਕ੍ਰਿਪਸ ਮਿਸ਼ਨ ਨੇ ਕੀਤੀ ਸੀਗੀ, ਬਟ ਇਸ ਸੰਵਿਧਾਨ ਸਭਾ ਦਾ ਗਠਨ ਜਿਹੜਾ ਹੈ ਉਹ ਜੁਲਾਈ 1946 ਦੇ ਵਿੱਚ ਸ਼ੁਰੂ ਹੋ ਗਿਆ ਸੀਗਾ। ਨੈਕਸਟ ਹੈ 6 ਨੰਬਰ, ਸੰਵਿਧਾਨ ਸਭਾ ਦਾ ਗਠਨ ਕਿਸ ਦੀ ਸਿਫਾਰਿਸ਼ ਤੇ ਕੀਤਾ ਗਿਆ? ਸੋ ਕਿਸਨੇ ਜਿਹੜਾ ਹੈ ਸਿਫਾਰਿਸ਼ ਕੀਤੀ, ਰਿਕਮੈਂਡ ਕੀਤਾ ਇਸ ਨੂੰ? ਸੋ ਕੈਬਨਿਟ ਕਮਿਸ਼ਨ ਸੀਗਾ ਜਿਸਨੇ ਕਿ
ਸੰਵਿਧਾਨ ਸਭਾ ਦੇ ਗਠਨ ਦੀ ਸਿਫਾਰਿਸ਼ ਕੀਤੀ ਕਿਉਂਕਿ ਸੰਵਿਧਾਨ ਨੂੰ ਨਿਰਮਾਣ ਕਰਨ ਦੇ ਲਈ ਕੁਝ ਐਕਸਪਰਟ ਵਿਅਕਤੀ ਚਾਹੀਦੇ ਸੀ ਜੋ ਸੰਵਿਧਾਨ ਦਾ ਨਿਰਮਾਣ ਕਰ ਸਕਣ ਅਤੇ ਸੰਵਿਧਾਨ ਬਾਕੀ ਦੇਸ਼ਾਂ ਦੇ ਸੰਵਿਧਾਨ ਨੂੰ ਸਟੱਡੀ ਕਰਕੇ ਉਹਦਾ ਜਿਹੜਾ ਅਧਿਐਨ ਕਰਕੇ ਸਾਡੇ ਲਈ ਇੱਕ ਵੱਖਰਾ ਸੰਵਿਧਾਨ ਬਣਾ ਸਕਣ। 7 ਨੰਬਰ ਹੈ, ਕਿੰਨੀ ਜਨਸੰਖਿਆ ਦੇ ਪਿੱਛੇ ਸੰਵਿਧਾਨ ਸਭਾ ਦਾ ਇੱਕ ਮੈਂਬਰ ਚੁਣਿਆ ਗਿਆ ਸੀਗਾ? ਸੋ ਰਾਈਟ ਇਸ ਦਾ ਆਨਸਰ 10 ਲੱਖ। ਸੋ 10 ਲੱਖ ਪਰਸਨ ਦੇ ਪਿੱਛੇ ਇੱਕ ਵਿਅਕਤੀ ਚੁਣਿਆ ਗਿਆ ਸੀ ਜਾਂ ਇੱਕ ਮੈਂਬਰ ਚੁਣਿਆ ਗਿਆ ਸੀ ਸੰਵਿਧਾਨ ਸਭਾ ਦਾ, ਅਤੇ ਕੁੱਲ ਮੈਂਬਰ ਉਸਦੇ 399 ਸੀਗੇ। ਓਕੇ, ਧਿਆਨ ਰੱਖਣਾ। ਸੋ 399 ਮੈਂਬਰ ਟੋਟਲ ਉਸਦੇ ਸੀਗੇ, ਔਰ ਇਹ ਸਾਰੇ ਇੱਕ ਮੈਂਬਰ ਜਿਹੜਾ ਸੀ 10 ਲੱਖ ਦੀ ਪਾਪੂਲੇਸ਼ਨ ਨੂੰ ਸ਼ੋ ਕਰਦਾ ਸੀ। ਪੁਰਾਣੇ ਭਾਰਤ ਦੀ ਗੱਲ ਕਰ ਰਹੇ ਹਾਂ, 1947 ਤੋਂ ਪਹਿਲਾਂ ਦੀ। 8 ਨੰਬਰ ਹੈ, ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਸਨ? ਸੋ ਰਾਈਟ ਇਸ ਦਾ ਆਨਸਰ 399, ਜੋ ਕਿ ਪਹਿਲਾਂ ਹੀ ਦੱਸ ਚੁੱਕਿਆ। ਠੀਕ ਹੈ, ਔਰ ਇੱਕ ਪਰਸਨ ਜਿਹੜਾ ਹੈ ਉਹ 10 ਲੱਖ ਪਾਪੂਲੇਸ਼ਨ ਨੂੰ ਸ਼ੋ ਕਰਦਾ ਸੀਗਾ, ਇੱਥੇ ਪ੍ਰੈਜੈਂਟ ਕਰਦਾ ਸੀ। ਸੰਵਿਧਾਨ ਸਭਾ ਦਾ ਰਸਮੀ ਉਦਘਾਟਨ ਕਦੋਂ ਕੀਤਾ ਗਿਆ? ਫਾਰਮਲ ਰੂਪ ਦੇ ਵਿੱਚ ਜਿਹੜਾ ਹੈ ਕਦੋਂ ਇਸਨੂੰ ਜਿਹੜਾ ਕਹਿ ਸਕਦੇ ਹਾਂ ਉਦਘਾਟਨ ਦੇ ਰੂਪ ਦੇ ਵਿੱਚ ਅਪਣਾਇਆ ਗਿਆ ਹੈ ਕਿ ਵਾਕਈ ਹੀ ਸੰਵਿਧਾਨ ਸਭਾ ਜਿਹੜੀ ਹੈ ਉਹ ਜ਼ਰੂਰੀ ਹੈ ਜਿਸ ਦੇ ਨਾਲ ਸੰਵਿਧਾਨ ਤਿਆਰ ਹੋ ਸਕੇਗਾ? ਸੋ 9 ਦਸੰਬਰ 1946 ਨੂੰ ਜਿਹੜਾ ਹੈ ਇਸ ਨੂੰ ਇਸਦਾ ਜਿਹੜਾ ਉਦਘਾਟਨ ਕੀਤਾ ਗਿਆ ਸੀ, ਔਰ ਸਭ ਤੋਂ ਪਹਿਲੀ ਬੈਠਕ ਵੀ ਜਿਹੜੀ ਹੈ ਉਹ ਇਸੇ ਦਿਨ ਹੋਈ ਸੀ। ਠੀਕ ਹੈ, ਸੋ ਵੈਰੀ ਵੈਰੀ ਇੰਪੋਰਟੈਂਟ ਹੈ, ਬਹੁਤ ਵਾਰ ਇਹ ਕੁਐਸਚਨ ਜਿਹੜਾ ਰਿਪੀਟ ਹੋਇਆ ਹੋਇਆ ਬਹੁਤ ਸਾਰੇ ਐਗਜ਼ਾਮਾਂ ਦੇ ਵਿੱਚ ਔਰ ਪੀਐਸਟੈਟ ਦੇ ਵਿੱਚ ਵੀ। ਸੋ ਇਸ ਲਈ ਧਿਆਨ ਰੱਖਣਾ ਕਿ 9 ਦਸੰਬਰ ਨੂੰ ਜਿਹੜਾ ਹੈ 9 ਦਸੰਬਰ 1946 ਨੂੰ ਸੰਵਿਧਾਨ ਸਭਾ ਦਾ ਉਦਘਾਟਨ ਕੀਤਾ ਗਿਆ ਜਾਂ ਹੋਂਦ ਦੇ ਵਿੱਚ ਲਿਆਂਦੀ ਗਈ, ਅਤੇ ਇਸੇ ਦਿਨ ਹੀ ਜਿਹੜੀ ਹੈ ਪਹਿਲੀ ਬੈਠਕ ਵੀ ਕੀਤੀ ਗਈ ਸੀ। ਧਿਆਨ ਰੱਖਣਾ। ਨੈਕਸਟ ਹੈ, ਸੰਵਿਧਾਨ ਸਭਾ ਦਾ ਅਸਥਾਈ ਪ੍ਰਧਾਨ ਕਿਸ ਨੂੰ ਚੁਣਿਆ ਗਿਆ? ਇਹ 9 ਦਸੰਬਰ 1946 ਨੂੰ ਚੁਣਿਆ ਗਿਆ ਸੀਗਾ। ਸੰਵਿਧਾਨ ਸਭਾ ਦਾ ਅਸਥਾਈ ਜਿਹੜਾ ਹੈ ਪ੍ਰਧਾਨ, ਇਹਨਾਂ ਦੇ ਵਿੱਚੋਂ ਚੇਅਰਮੈਨ ਚੁਣਿਆ ਗਿਆ ਸੀ ਸੰਚਾਨੰਦ ਸਨੇਹਾ ਨੂੰ ਚੁਣਿਆ ਗਿਆ ਸੀ, ਜਿਹੜੇ ਕਿ ਸਿਰਫ 2 ਦਿਨਾਂ ਦੇ ਲਈ ਰਹੇ ਸੀਗੇ। ਠੀਕ ਹੈ, ਇਹ ਅਸਥਾਈ ਪ੍ਰਧਾਨ ਸੀਗੇ ਸੰਵਿਧਾਨ ਸਭਾ ਦੇ। ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ, ਸੰਚਾਨੰਦ ਸਨੇਹਾ ਪਹਿਲੇ ਪ੍ਰਧਾਨ ਸੀ ਬਟ ਇਹ ਅਸਥਾਈ ਸੀਗੇ, ਨਿਸ਼ਚਿਤ ਤੌਰ ਤੇ ਪੱਕੇ ਤੌਰ ਤੇ ਨਹੀਂ ਚੁਣੇ ਗਏ ਸੀਗੇ। ਓਕੇ, ਤੇ 2 ਦਿਨਾਂ ਦੇ ਲਈ ਚੁਣੇ ਗਏ ਸੀ, ਇਹ ਵੀ ਬਹੁਤ ਵਾਰ ਕੁਐਸਚਨ ਆਇਆ ਹੋਇਆ। ਨੈਕਸਟ ਹੈ, ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ, ਸੋ 2 ਦਿਨਾਂ ਤੋਂ ਬਾਅਦ ਯਾਨੀ ਕਿ ਸੰਚਾਨੰਦ ਸਨੇਹਾ ਤੋਂ ਬਾਅਦ ਜਿਹੜਾ ਹੈ ਅਗਲਾ ਕਿਹੜਾ ਵਿਅਕਤੀ ਸੀ ਜਿਹੜਾ ਕਿ ਸਥਾਈ ਰੂਪ ਦੇ ਵਿੱਚ ਪ੍ਰਧਾਨ ਚੁਣਿਆ ਗਿਆ ਸੰਵਿਧਾਨ ਸਭਾ ਦਾ? ਉਹ ਸੀ ਡਾਕਟਰ ਰਜਿੰਦਰ ਪ੍ਰਸਾਦ, ਜਿਹੜੇ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਸੀਗੇ। ਠੀਕ ਹੈ, ਤੇ ਸੰਵਿਧਾਨ ਸਭਾ ਦੇ ਪਹਿਲੇ ਸਥਾਈ ਪ੍ਰਧਾਨ ਵੀ ਸੀਗੇ ਜਿਨ੍ਹਾਂ ਨੂੰ ਪੱਕੇ ਤੌਰ ਦੇ ਉੱਪਰ ਚੁਣਿਆ ਗਿਆ ਸੀ। ਅਸਥਾਈ ਡਾਕਟਰ ਸੰਚਾਨੰਦ ਸੀ ਜਿਹੜੇ ਕਿ 2 ਦਿਨਾਂ ਦੀ ਚੁਣੇ ਗਏ ਸੀ। ਨੈਕਸਟ ਹੈ 3 ਨੰਬਰ, ਡਾਕਟਰ ਰਜਿੰਦਰ ਪ੍ਰਸਾਦ ਨੂੰ ਸਥਾਈ ਪ੍ਰਧਾਨ ਕਦੋਂ ਚੁਣਿਆ ਗਿਆ? ਸੋ ਧਿਆਨ ਰੱਖਣਾ ਕਿ 2 ਦਿਨਾਂ ਬਾਅਦ ਚੁਣਿਆ ਗਿਆ ਸੀ, 9 ਦਸੰਬਰ ਨੂੰ ਜਿਹੜਾ ਹੈ ਸੰਚਾਨੰਦ ਸਨੇਹਾ ਨੂੰ ਚੁਣਿਆ ਗਿਆ ਸੀ, 10 ਛੱਡ ਕੇ ਫਿਰ 11 ਨੂੰ ਯਾਨੀ ਕਿ 2 ਦਿਨਾਂ ਬਾਅਦ ਜਿਹੜਾ ਹੈ ਡਾਕਟਰ ਰਜਿੰਦਰ ਪ੍ਰਸਾਦ ਨੂੰ ਸਥਾਈ ਪ੍ਰਧਾਨ ਚੁਣ ਲਿਆ ਗਿਆ ਸੀਗਾ। ਨੈਕਸਟ ਹੈ, ਸੰਵਿਧਾਨ ਸਭਾ ਦਾ ਉਪ ਪ੍ਰਧਾਨ ਕੌਣ ਸੀ? ਵਾਈਸ ਪ੍ਰੈਜ਼ੀਡੈਂਟ ਜਿਹੜਾ ਸੀ, ਸੋ ਐਸ ਸੀ ਮੁਖਰਜੀ ਸੀਗਾ ਸੰਵਿਧਾਨ ਦਾ ਉਪ ਪ੍ਰਧਾਨ। ਠੀਕ ਹੈ, ਇਹ ਪ੍ਰਮਾਣ ਪ੍ਰਧਾਨ ਸੀ ਪ੍ਰਮੁੱਖ ਤੌਰ ਦੇ ਉੱਪਰ, ਅਤੇ ਇਹ ਸੀਗਾ ਉਪ ਪ੍ਰਧਾਨ ਯਾਨੀ ਕਿ ਵਾਈਸ ਚੇਅਰਮੈਨ ਸੀਗਾ ਸੰਵਿਧਾਨ ਸਭਾ ਦਾ। 14 ਨੰਬਰ ਹੈ, ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਕਿਸ ਨੂੰ ਚੁਣਿਆ ਗਿਆ ਸੀਗਾ ਜਾਂ ਕੌਣ ਸੀ? ਵੈਰੀ ਵੈਰੀ ਇੰਪੋਰਟੈਂਟ ਹੈ, ਇਹ ਸੀਗੇ BN ਰਾਓ। BN ਰਾਓ ਸੀਗੇ ਜਿਹੜੇ, ਇਹ ਸੀਗੇ ਸੰਵਿਧਾਨ ਦੇ ਸੰਵਿਧਾਨਿਕ ਸਲਾਹਕਾਰ, ਜਿਹੜੇ ਕਿ ਉਸ ਸਮੇਂ ਇੰਟਰਨੈਸ਼ਨਲ ਹਾਈ ਕੋਰਟ ਦੇ ਵਿੱਚ ਇੰਟਰਨੈਸ਼ਨਲ ਜਿਹੜੀ ਜਸਟਿਸ ਹੈ ਉਸਦੇ ਵਿੱਚ ਕੰਮ ਕਰਦੇ ਸੀ, ਜੋ ਕਿ UNO ਦੇ ਅਧੀਨ ਸੀ। ਠੀਕ ਹੈ, ਸੋ BN ਰਾਓ ਅਤੇ ਡਾਕਟਰ ਅੰਬੇਦਕਰ ਰੋ ਨਾਮ, ਇਹਨਾਂ ਨਾਮ ਥੋੜ੍ਹੇ ਜਿਹੇ ਮਿਲਦੇ ਨੇ, ਸੋ ਇਸ ਕਰਕੇ ਨਾ ਕਨਫਿਊਜ਼ਨ ਨਾ ਹੋ ਜਾਣਾ। ਉਹ ਚੇਅਰਮੈਨ ਸੀਗੇ, ਇਹ ਸਲਾਹਕਾਰ ਸੀ ਜੋ ਕਿ ਕਾਨੂੰਨੀ ਸਲਾਹਕਾਰ ਸੀਗੇ। ਓਕੇ, ਕਾਨੂੰਨੀ ਸਲਾਹਕਾਰ BN ਰਾਓ ਸੀਗੇ ਅਤੇ ਸੰਵਿਧਾਨ ਸਭਾ ਦੇ ਚੇਅਰਮੈਨ ਸੀਗੇ ਜਿਹੜੇ ਉਹ ਡਾਕਟਰ BR ਅੰਬੇਦਕਰ ਸੀਗੇ। ਨੈਕਸਟ ਹੈ, ਇਤਿਹਾਸਿਕ ਉਦੇਸ਼ ਪ੍ਰਸਤਾਵ ਕਿਸਨੇ ਪੇਸ਼ ਕੀਤਾ? ਉਦੇਸ਼ ਪ੍ਰਸਤਾਵ ਜਿਹਨੂੰ ਕਿ ਓਬਜੈਕਟਿਵ ਰੈਜੋਲੂਸ਼ਨ ਜਿਹੜਾ ਕਿਹਾ ਜਾਂਦਾ ਹੈ, ਇਹ ਕਿਸ ਦੇ ਦੁਆਰਾ ਪੇਸ਼ ਕੀਤਾ ਗਿਆ ਸੀ? ਇਹ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੁਆਰਾ ਪੇਸ਼ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਕੁਝ ਪ੍ਰਮੁੱਖ ਆਦੇਸ਼ ਰੱਖੇ ਗਏ ਸੀ। ਪ੍ਰਭੂਸੱਤਾ ਦੀ ਗੱਲ ਕੀਤੀ ਗਈ ਸੀ, ਸਮਾਨਤਾ ਦੀ ਗੱਲ ਕੀਤੀ ਸੀ, ਘੱਟ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਰਾਖਵੇ ਕਰਨ ਦੀ ਜਿਹੜੀ ਗੱਲ ਕਹਿ ਸਕਦੇ ਹਨ ਕਿ ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਸਮਝਿਆ ਜਾਵੇ, ਸੋ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਜੋ ਬਾਅਦ ਦੇ ਵਿੱਚ ਜਾ ਕੇ ਸਾਡੇ ਭਾਰਤੀ ਪ੍ਰੀਮਬਲ ਜਾਂ ਪ੍ਰਸਤਾਵਨਾ ਦੇ ਵਿੱਚ ਐਡ ਹੋ ਗਈ ਸੀ। ਠੀਕ ਹੈ, ਸੋ ਉਹ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੁਆਰਾ ਰਿਪੋਰਟ ਪਿੱਛੇ ਪੇਸ਼ ਕੀਤੀ ਗਈ ਸੀ ਜਿਸ ਨੂੰ ਓਬਜੈਕਟਿਵ ਰੈਜੋਲੂਸ਼ਨ ਜਾਂ ਉਦੇਸ਼ ਪ੍ਰਸਤਾਵ ਕਿਹਾ ਗਿਆ ਸੀਗਾ। ਸੋ ਇਸੇ ਚੀਜ਼ ਜਿਹੜੀ ਹੈ ਬਾਅਦ ਦੇ ਵਿੱਚ ਸਾਡੀ ਪ੍ਰੀਮਬਲ ਦੇ ਵਿੱਚ ਵੀ ਐਡ ਕਰ ਦਿੱਤੀ ਗਈ ਸੀ, ਅਤੇ ਜਿਹੜੀ ਰਿਪੋਰਟ ਇਸ ਦੇ ਦੁਆਰਾ ਪੇਸ਼ ਕੀਤੀ ਗਈ ਸੀ ਜੋ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੁਆਰਾ ਪੇਸ਼ ਕੀਤੀ ਗਈ ਸੀ, ਉਸਨੂੰ ਨਹਿਰੂ ਰਿਪੋਰਟ ਵੀ ਕਿਹਾ ਜਾਂਦਾ ਹੈ, ਜੋ ਕਿ 1928 ਦੇ ਵਿੱਚ ਪੇਸ਼ ਕੀਤੀ ਸੀ। ਨੈਕਸਟ ਹੈ, ਉਦੇਸ਼ ਪ੍ਰਸਤਾਵ ਕਦੋਂ ਪੇਸ਼ ਕੀਤਾ ਗਿਆ? 13 ਦਸੰਬਰ 1946 ਨੂੰ ਜਿਹੜਾ ਹੈ ਇਹ ਪੇਸ਼ ਕੀਤਾ ਗਿਆ ਸੀਗਾ,
ਬਟ ਇਸ ਤੋਂ ਪਹਿਲਾਂ ਜਿਹੜਾ ਹੈ 1928 ਦੇ ਵਿੱਚ ਇਸਨੂੰ ਪੇਸ਼ ਕੀਤਾ ਗਿਆ ਸੀਗਾ, ਠੀਕ ਹੈ, ਉਦੇਸ਼ ਪ੍ਰਸਤਾਵ। ਬਟ ਬਾਅਦ ਦੇ ਵਿੱਚ ਜਦੋਂ ਸਾਰਾ ਸਭਾ ਕੰਪਲੀਟ ਹੋ ਜਾਂਦੀ ਹੈ ਤਾਂ ਆਖਿਰ ਦੇ ਵਿੱਚ ਆ ਕੇ ਇਸਨੂੰ 13 ਦਸੰਬਰ 1946 ਨੂੰ ਪੇਸ਼ ਕੀਤਾ ਜਾਂਦਾ ਹੈ ਆਬਜੈਕਟਿਵ ਰੈਜੋਲੂਸ਼ਨ। ਪਹਿਲੀ ਵਾਰ ਇਸਨੂੰ 1928 ਦੇ ਵਿੱਚ ਪੇਸ਼ ਕੀਤਾ ਗਿਆ ਸੀ। ਨੈਕਸਟ ਹੈ ਉਦੇਸ਼ ਪ੍ਰਸਤਾਵ ਸੰਵਿਧਾਨ ਸਭਾ ਦੁਆਰਾ ਕਦੋਂ ਸਵੀਕਾਰ ਕੀਤਾ ਗਿਆ, ਜਿਹੜਾ ਕਿ ਆਬਜੈਕਟਿਵ ਰੈਜੋਲੂਸ਼ਨ ਸੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੁਆਰਾ ਪੇਸ਼ ਕੀਤੀ ਗਈ ਸੀ। ਸੋ ਇਹ ਰਿਪੋਰਟ ਜਿਹੜੀ ਸੀਗੀ ਕਦੋਂ ਸਵੀਕਾਰ ਕਰ ਲਈ ਗਈ, 22 ਜਨਵਰੀ 1947 ਨੂੰ ਇਸਨੂੰ ਅਸੈਪਟ ਕਰ ਲਿਆ ਗਿਆ ਸੰਵਿਧਾਨ ਸਭਾ ਦੇ ਦੁਆਰਾ। ਨੈਕਸਟ ਹੈ 18 ਨੰਬਰ, ਉਦੇਸ਼ ਪ੍ਰਸਤਾਵ ਕਿਸ ਦਾ ਆਧਾਰ ਬਣਿਆ। ਸੋ ਰਾਈਟ ਇਸ ਦਾ ਆਂਸਰ ਪ੍ਰਸਤਾਵ ਪ੍ਰਸਤਾਵਨਾ ਦਾ। ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਪ੍ਰਸਤਾਵਨਾ ਜਿਹੜੀ ਬਣੀ ਹੈ ਉਹ ਉਦੇਸ਼ ਪ੍ਰਸਤਾਵ ਦੇ ਅਕੋਰਡਿੰਗ ਹੀ ਬਣੀ ਹੈ। ਸੋ ਬੇਸ ਹੈ, ਠੀਕ ਹੈ, ਜਿਸ ਤੋਂ ਸਾਡੀ ਪ੍ਰੀਐਂਬਲ ਤਿਆਰ ਹੋਈ ਹੈਗੀ ਹੈ, ਜੋ ਕਿ ਪਹਿਲਾ ਭੂਮਿਕਾ ਵਾਲਾ ਪੇਜ ਹੈ ਸਾਡੇ ਸੰਵਿਧਾਨ ਦਾ। ਅਤੇ ਪ੍ਰਸਤਾਵਨਾ ਨੂੰ ਲਾਗੂ ਕਰਨ ਦੇ ਲਈ ਅਸੀਂ ਸੁਪਰੀਮ ਕੋਰਟ ਦੀ ਮਦਦ ਨਹੀਂ ਲੈ ਸਕਦੇ। ਇਹ ਵੀ ਇੰਪੋਰਟੈਂਟ ਪੁਆਇੰਟ ਹੈ, ਬਹੁਤ ਵਾਰ ਇਹ ਵੀ ਕੁਐਸਚਨ ਪੁੱਛਿਆ ਗਿਆ ਹੈ। ਸੰਵਿਧਾਨ ਸਭਾ ਦੁਆਰਾ ਖਰੜਾ ਕਮੇਟੀ ਦਾ ਨਿਰਮਾਣ ਕਦੋਂ ਕੀਤਾ ਗਿਆ, ਖਰੜਾ ਕਮੇਟੀ ਜਿਸਨੇ ਸੰਵਿਧਾਨ ਨੂੰ ਤਿਆਰ ਕਰਨਾ ਸੀ। 29 ਅਗਸਤ 1947 ਨੂੰ ਜਿਹੜਾ ਹੈ ਸੰਵਿਧਾਨ ਸਭਾ ਦੇ ਦੁਆਰਾ ਖਰੜਾ ਕਮੇਟੀ ਦਾ ਨਿਰਮਾਣ ਕੀਤਾ ਗਿਆ, ਜੋ ਕਿ ਕੁਛ ਚੁਣਿੰਦਾ ਵਿਅਕਤੀ ਸੀ ਜਿਨ੍ਹਾਂ ਦੇ ਦੁਆਰਾ ਸਾਡੇ ਸੰਵਿਧਾਨ ਦਾ ਨਿਰਮਾਣ ਹੋਣਾ ਸੀ। 20 ਨੰਬਰ ਹੈ, ਖਰੜਾ ਕਮੇਟੀ ਦਾ ਪ੍ਰਧਾਨ ਕਿਸ ਨੂੰ ਚੁਣਿਆ ਗਿਆ ਸੀ, ਇਹ ਸੀਗੇ ਡਾਕਟਰ ਭੀਮ ਰਾਓ ਅੰਬੇਦਕਰ, ਠੀਕ ਹੈ। ਸੋ ਯਾਦ ਰੱਖਣਾ ਡਾਕਟਰ ਭੀ ਆਰ ਅੰਬੇਦਕਰ, ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਅਤੇ ਖਰੜਾ ਕਮੇਟੀ ਦਾ ਪ੍ਰਧਾਨ ਵੀ ਕਿਹਾ ਜਾਂਦਾ ਹੈ। ਨੈਕਸਟ ਹੈ ਜਿਨ੍ਹਾਂ ਨੇ ਕਿ ਟੋਟਲ 60 ਦੇਸ਼ਾਂ ਦੇ ਸੰਵਿਧਾਨ ਨੂੰ ਪੜ੍ਹ ਕੇ ਸਾਡੇ ਸੰਵਿਧਾਨ ਨੂੰ ਤਿਆਰ ਕੀਤਾ ਸੀਗਾ। ਨੈਕਸਟ ਹੈ ਸੰਵਿਧਾਨ ਸਭਾ ਦੀ ਖਰੜਾ ਕਮੇਟੀ ਨੇ ਕਿੰਨੇ ਮੈਂਬਰ ਸਨ ਖਰੜਾ ਕਮੇਟੀ ਦੇ। ਸੋ ਰਾਈਟ ਇਸ ਦਾ ਆਂਸਰ 7, ਠੀਕ ਹੈ। ਇੱਕ ਸੀਗੇ ਅਸੈਂਬਲੀ ਜਾਣੀ ਕਿ ਸੰਵਿਧਾਨ ਸਭਾ, ਉਸ ਦੇ ਟੋਟਲ ਮੈਂਬਰ 399 ਸੀਗੇ। ਅਤੇ ਅਗਰ ਗੱਲ ਕਰੀਏ ਖਰੜਾ ਕਮੇਟੀ ਦੀ ਤਾਂ ਖਰੜਾ ਕਮੇਟੀ ਦੇ 7 ਮੈਂਬਰ ਸੀ, ਜਿਹਦਾ ਚੇਅਰਮੈਨ ਸੀਗਾ ਡਾਕਟਰ ਭੀਮ ਰਾਓ ਅੰਬੇਦਕਰ। ਸੰਵਿਧਾਨ ਦਾ ਖਰੜਾ ਪਹਿਲੀ ਵਾਰ ਸੰਵਿਧਾਨ ਸਭਾ ਕੋਲ ਕਦੋਂ ਪੇਸ਼ ਕੀਤਾ ਗਿਆ, ਸੰਵਿਧਾਨ ਦਾ ਪਹਿਲਾ ਖਰੜਾ ਜਾਣੀ ਕਿ ਪਹਿਲੀ ਵਾਰ ਜਦੋਂ ਉਸਨੂੰ ਬਣਾਇਆ ਗਿਆ ਰਫਲੀ ਤੌਰ ਦੇ ਉੱਪਰ, ਤਾਂ ਪਹਿਲੀ ਵਾਰ ਉਸਨੂੰ ਸੰਵਿਧਾਨ ਸਭਾ ਕੋਲ ਕਦੋਂ ਪੇਸ਼ ਕੀਤਾ ਗਿਆ। ਸੋ ਰਾਈਟ ਇਸ ਦਾ ਆਂਸਰ 21 ਫਰਵਰੀ 1948 ਨੂੰ ਸੰਵਿਧਾਨ ਦਾ ਪਹਿਲਾ ਖਰੜਾ ਜਿਹੜਾ ਹੈ ਪਹਿਲੀ ਵਾਰ ਸੰਵਿਧਾਨ ਸਭਾ ਦੇ ਕੋਲ ਪੇਸ਼ ਕੀਤਾ ਗਿਆ 21 ਫਰਵਰੀ ਨੂੰ। ਨੈਕਸਟ ਹੈ ਮੁੱਢਲੇ ਸੰਵਿਧਾਨ ਦੇ ਵਿੱਚ ਕਿੰਨੇ ਭਾਗ, ਕਿੰਨੇ ਆਰਟੀਕਲ ਤੇ ਕਿੰਨੀਆਂ ਅਨੁਸੂਚੀਆਂ ਸੀ, ਜਾਣੀ ਕਿ ਜਦੋਂ ਸੰਵਿਧਾਨ ਤਿਆਰ ਹੋਇਆ ਸੀ ਤਾਂ ਕਿੰਨੇ ਉਸਦੇ ਵਿੱਚ ਆਰਟੀਕਲ, ਕਿੰਨੇ ਭਾਗ ਸੀਗੇ ਉਸਦੇ ਵਿੱਚ। ਤਾਂ ਜਦੋਂ ਸੰਵਿਧਾਨ ਲਾਗੂ ਕੀਤਾ ਗਿਆ ਸੀ ਉਸ ਸਮੇਂ ਇਸਦੇ ਵਿੱਚ 22 ਭਾਗ ਸੀਗੇ, 395 ਆਰਟੀਕਲ ਸੀਗੇ, ਅਨੁਚੇਦ ਸੀਗੇ ਅਤੇ 8 ਜਿਹੜੀਆਂ ਅਨੁਸੂਚੀਆਂ ਸੀ। ਬਟ ਹੌਲੀ ਹੌਲੀ ਇਸਦੇ ਵਿੱਚ ਜਿਹੜੀਆਂ ਸੋਧਾਂ ਹੁੰਦੀਆਂ ਰਹੀਆਂ, ਜਿਹਦੇ ਦੌਰਾਨ ਅੱਜ ਵਰਤਮਾਨ ਸਮੇਂ ਸਾਡੇ ਕੋਲ 105 ਸੋਧਾਂ ਸਾਡੇ ਸੰਵਿਧਾਨ ਦੇ ਵਿੱਚ ਹੋ ਚੁੱਕੀਆਂ ਨੇ, ਅਤੇ ਉਹਦੀ ਬਦੌਲਤ ਵਰਤਮਾਨ ਸਮੇਂ ਸਾਡੇ ਕੋਲ ਸਾਡੇ ਕੋਨਸਟੀਟਿਊਸ਼ਨ ਦੇ ਵਿੱਚ ਇਸਦੇ 25 ਭਾਗ ਹੋ ਚੁੱਕੇ ਨੇਗੇ, 470 ਆਰਟੀਕਲ ਹੋ ਚੁੱਕੇ ਹੈਗੇ ਨੇ ਤੇ 12 ਅਨੁਸੂਚੀਆਂ ਜਿਹੜੀਆਂ ਨੇ ਉਹ ਵਰਤਮਾਨ ਸਮੇਂ ਨੇਗੀਆਂ। ਓਕੇ, ਸੋ ਕਈ ਵਾਰ ਵਰਤਮਾਨ ਸਮੇਂ ਪੁੱਛ ਲੈਣ ਤਾਂ ਇਹਨਾਂ ਦੇ ਵਿੱਚੋਂ ਤੁਹਾਨੂੰ ਜਿਹੜਾ ਚੁਣਨਾ ਪਊਗਾ, ਭਾਗ ਪੁੱਛਿਆ ਨੇ 25 ਹੈ, ਆਰਟੀਕਲ ਜਿਹੜੇ 470 ਹੈ ਅਤੇ ਅਨੁਸੂਚੀਆਂ ਜਿਹੜੀਆਂ ਨੇ ਉਹ 12 ਨੇ। ਸੰਵਿਧਾਨ ਨਿਰਮਾਣ ਵਿੱਚ ਕੁੱਲ ਕਿੰਨਾ ਸਮਾਂ ਲੱਗਿਆ, ਸੋ ਸੰਵਿਧਾਨ ਨੂੰ ਨਿਰਮਾਣ ਕਰਨ ਦੇ ਲਈ ਕੁੱਲ ਕਿੰਨਾ ਸਮਾਂ ਜਿਹੜਾ ਹੈ ਉਹ ਲੱਗਿਆ ਸੀ। ਸੋ ਰਾਈਟ ਇਸ ਦਾ ਆਂਸਰ 2 ਸਾਲ 11 ਮਹੀਨੇ 18 ਦਿਨਾਂ ਦਾ ਜਿਹੜਾ ਸਮਾਂ ਉਸ ਸਮੇਂ ਲੱਗਿਆ ਸੀ। ਸੋ ਇਹ ਵੈਰੀ ਵੈਰੀ ਇੰਪੋਰਟੈਂਟ ਹੈ ਪੀ ਐਸ ਟੈਟ ਦੇ ਲਈ, ਸੋ 2 ਸਾਲ 11 ਮਹੀਨੇ ਤੇ 18 ਦਿਨ। ਨੈਕਸਟ ਹੈ ਸੰਵਿਧਾਨ ਦੇ ਖਰੜੇ ਤੇ ਕਿੰਨੇ ਦਿਨ ਖਰਚ ਹੋਏ ਸੀ, ਦਿਨ ਪੁੱਛੇ ਗਏ ਨੇ ਖਰੜੇ ਨੂੰ ਲੈ ਕੇ। ਓਕੇ, ਇਸ ਸੰਵਿਧਾਨ ਨਿਰਮਾਣ ਕਰਨ ਦੇ ਲਈ ਹੈ ਅਤੇ ਇਹ ਗੱਲ ਕੀਤੀ ਗਈ ਹੈ ਖਰੜੇ ਨੂੰ ਕਿੰਨੇ ਦਿਨ ਲੱਗੇ ਸੀ, ਤਾਂ ਖਰੜੇ ਦੇ ਲਈ ਜਿਹੜਾ ਹੈ 114 ਦਿਨ ਲੱਗੇ ਸੀਗੇ। ਅਗਰ ਪੁੱਛਿਆ ਜਾਂਦਾ ਸੰਵਿਧਾਨ ਨਿਰਮਾਣ ਦੇ ਵਿੱਚ ਕਿੰਨਾ ਸਮਾਂ ਲੱਗਿਆ ਤਾਂ 2 ਸਾਲ 11 ਮਹੀਨੇ 18 ਦਿਨ ਲੱਗੇ ਸੀਗੇ। ਅਗਰ ਪੁੱਛਿਆ ਜਾਂਦਾ ਕਿ ਖਰੜੇ ਜਿਹੜੇ ਆ ਉਹ ਕਿੰਨੇ ਦਿਨਾਂ ਦੇ ਵਿੱਚ, ਕਿੰਨੇ ਦਿਨ ਜਿਹੜੀ ਹੈ ਚਰਚਾ ਹੋਈ ਸੀ ਉਸਦੇ ਉੱਪਰ, ਤਾਂ 114 ਦਿਨ ਚਰਚਾ ਹੋਈ ਸੀਗੀ ਇਸ ਖਰੜੇ ਦੇ ਉੱਪਰ। ਨੈਕਸਟ ਹੈ 25 ਨੰਬਰ, ਸੰਵਿਧਾਨ ਨਿਰਮਾਣ ਦੇ ਲਗਭਗ ਕਿੰਨਾ ਖਰਚ ਹੋਇਆ ਸੀ। ਸੋ ਰਾਈਟ ਇਸ ਦਾ ਆਂਸਰ 64 ਲੱਖ ਰੁਪਇਆ ਖਰਚ ਆਇਆ ਸੀਗਾ ਉਸ ਸਮੇਂ। ਨੈਕਸਟ ਹੈ ਸੰਵਿਧਾਨ ਨੂੰ ਪੂਰਨ ਰੂਪ ਦੇ ਵਿੱਚ ਕਦੋਂ ਲਾਗੂ ਕੀਤਾ ਗਿਆ, ਜਾਣੀ ਕਿ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਉਸਨੂੰ ਪੂਰਨ ਰੂਪ ਦੇ ਵਿੱਚ ਕਦੋਂ ਲਾਗੂ ਕੀਤਾ ਗਿਆ। ਤਾਂ 26 ਜਨਵਰੀ 1950 ਨੂੰ ਇਸਨੂੰ ਪੂਰਨ ਤੌਰ ਦੇ ਉੱਪਰ ਲਾਗੂ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਿਹੜਾ ਹੈ ਸਾਡੇ ਭਾਰਤ ਦੇ ਵਿੱਚ ਸਾਡਾ ਸੰਵਿਧਾਨ ਦੇ ਅਨੁਸਾਰ ਕੰਮ ਹੋਣਾ ਸ਼ੁਰੂ ਹੋ ਗਿਆ ਸੀ 1950 ਤੋਂ 26 ਜਨਵਰੀ ਨੂੰ, ਅਤੇ ਇਸ ਦਿਨ ਨੂੰ ਅਸੀਂ ਗਣਤੰਤਰ ਦਿਵਸ ਦੇ ਰੂਪ ਦੇ ਵਿੱਚ ਮਨਾਉਣੇ ਹੈਗੇ ਹੈਗੇ। ਓਕੇ, 26 ਜਨਵਰੀ ਗਣਤੰਤਰਤਾ ਦਿਵਸ ਹੈ ਅਤੇ 15 ਅਗਸਤ ਜਿਹੜੀ ਹੈ ਉਹ ਸੁਤੰਤਰਤਾ ਦਿਵਸ ਹੈ। ਦੋਨਾਂ ਦੇ ਵਿੱਚ ਕਈ ਵਾਰ ਸਾਨੂੰ ਨਾ ਕਨਫਿਊਜ਼ਨ ਹੋ ਜਾਂਦੀ ਕਿ ਕਿਹੜਾ ਗਣਤੰਤਰ ਹੈ ਕਿਹੜਾ ਸੁਤੰਤਰ ਹੈ, ਇਸ ਨੂੰ ਯਾਦ ਰੱਖਣਾ। ਨੈਕਸਟ ਹੈ 27 ਨੰਬਰ, ਸੰਵਿਧਾਨ ਸਭਾ ਦੀ ਆਖਰੀ ਮੀਟਿੰਗ ਕਦੋਂ ਹੋਈ। ਸੋ 24 ਜਨਵਰੀ 1950 ਨੂੰ ਜਿਹੜਾ ਹੈ
ਆਖਰੀ ਮੀਟਿੰਗ ਹੋਈ ਸੀ ਸੰਵਿਧਾਨ ਸਭਾ ਦੀ, ਸਾਰਾ ਕੁਝ ਇਸ ਦੇ ਵਿੱਚ ਕੰਪਲੀਟ ਹੋ ਗਿਆ ਸੀ ਅਤੇ 24 ਜਨਵਰੀ ਨੂੰ ਇਸ ਦੇ ਉੱਪਰ 284 ਪ੍ਰਸ਼ਨਾਂ ਦੇ ਜਿਹੜੇ ਆ ਸਾਈਨ ਹੋਏ ਸੀਗੇ, ਔਰ ਆਖਿਰ ਦੇ ਵਿੱਚ ਡਾਕਟਰ ਰਜਿੰਦਰ ਪ੍ਰਸਾਦ ਦੇ ਹੋਏ ਸੀ ਕਿਉਂਕਿ ਉਹ ਰਾਸ਼ਟਰਪਤੀ ਸੀ। ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪਾਸ ਹੋਣ ਤੋਂ ਬਾਅਦ ਬਿੱਲ ਹਮੇਸ਼ਾ ਇਹ ਰਾਸ਼ਟਰਪਤੀ ਕੋਲੇ ਜਾਂਦਾ ਹੈ ਜੋ ਕਿ ਆਖਰੀ ਰੂਪ ਦੇ ਵਿੱਚ ਸਾਈਨ ਕਰਦਾ ਹੈ। ਓਕੇ, ਤਾਂ 284 ਵਿਅਕਤੀਆਂ ਨੇ ਸਾਈਨ ਕਰ ਦਿੱਤੇ ਸੀਗੇ 24 ਜਨਵਰੀ 1950 ਨੂੰ, ਆਖਰੀ ਮੀਟਿੰਗ ਸੀ, ਇਸ ਦੇ ਦੌਰਾਨ ਇਸ ਨੂੰ ਪੂਰਾ ਕੰਪਲੀਟ ਕਰ ਲਿਆ ਗਿਆ ਸੀ। ਨੈਕਸਟ ਹੈ, ਡਾਕਟਰ ਰਜਿੰਦਰ ਪ੍ਰਸਾਦ ਨੂੰ ਭਾਰਤ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ? 24 ਜਨਵਰੀ 1950 ਨੂੰ। ਠੀਕ ਹੈ, ਇਸੇ ਦਿਨ ਹੀ ਖਤਮ ਹੋ ਜਾਂਦੀ ਹੈ ਆਖਰੀ ਮੀਟਿੰਗ ਹੁੰਦੀ ਹੈ, ਇਸੇ ਦਿਨ ਹੀ ਡਾਕਟਰ ਰਜਿੰਦਰ ਪ੍ਰਸਾਦ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਜਿਹੜਾ ਹੈ ਉਹ ਚੁਣਿਆ ਜਾਂਦਾ ਹੈ 24 ਜਨਵਰੀ 1950 ਨੂੰ। ਆਖਰੀ ਮੀਟਿੰਗ ਵੀ ਇਸੇ ਦਿਨ ਹੋਈ ਹੈ ਸੰਵਿਧਾਨ ਸਭਾ ਦੀ, ਅਤੇ ਰਾਸ਼ਟਰਪਤੀ ਵੀ ਇਹਨਾਂ ਨੂੰ ਇਸੇ ਦਿਨ ਬਣਾਇਆ ਗਿਆ ਹੈ। ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਝੰਡਾ ਜਿਹੜਾ ਹੈ, ਨੈਸ਼ਨਲ ਫਲੈਗ ਜਿਹੜਾ ਸਾਡਾ ਹੈ ਤਿਰੰਗਾ, ਉਹ ਕਦੋਂ ਸਵੀਕਾਰ ਕੀਤਾ ਗਿਆ? 22 ਜੁਲਾਈ 1947 ਨੂੰ ਜਿਹੜਾ ਹੈ ਇਹ ਐਕਸੈਪਟ ਕਰ ਲਿਆ ਗਿਆ, ਸਵੀਕਾਰ ਕਰ ਲਿਆ ਗਿਆ ਕਿ ਭਾਰਤ ਇੱਕ ਆਪਣਾ ਰਾਸ਼ਟਰੀ ਝੰਡਾ ਹੋਵੇਗਾ ਜਿਸ ਦਾ ਨਾਮ ਤਿਰੰਗਾ ਰੱਖਿਆ ਗਿਆ ਸੀ। ਨੈਕਸਟ ਹੈ, ਰਾਸ਼ਟਰੀ ਗੀਤ ਕਦੋਂ ਅਪਣਾਇਆ ਗਿਆ? ਸੋ 24 ਜਨਵਰੀ 1950 ਨੂੰ, ਕਿਉਂਕਿ ਇਹ ਸੰਵਿਧਾਨ ਸਭਾ ਦੀ ਜਿਹੜੀ ਮੀਟਿੰਗ ਸੀ ਉਸ ਦੌਰਾਨ ਵੀ ਗਾਇਆ ਗਿਆ ਸੀ, ਅਤੇ ਇਸੇ ਦਿਨ ਹੀ ਜਿਹੜਾ ਹੈ ਇਸ ਨੂੰ ਰਾਸ਼ਟਰੀ ਗੀਤ ਰੂਪ ਦੇ ਵਿੱਚ ਅਪਣਾਇਆ ਗਿਆ ਸੀ 24 ਜਨਵਰੀ 1950 ਨੂੰ। ਤਾਂ ਤਿੰਨ ਘਟਨਾਵਾਂ ਨੇ ਧਿਆਨ ਰੱਖਣਾ, ਠੀਕ ਹੈ। ਸੰਵਿਧਾਨ ਸਭਾ ਦੀ ਆਖਰੀ ਮੀਟਿੰਗ 24 ਜਨਵਰੀ ਨੂੰ ਹੁੰਦੀ ਹੈ, ਡਾਕਟਰ ਰਜਿੰਦਰ ਪ੍ਰਸਾਦ ਨੂੰ ਰਾਸ਼ਟਰਪਤੀ ਚੁਣਿਆ ਜਾਂਦਾ ਹੈ, ਅਤੇ ਰਾਸ਼ਟਰੀ ਗੀਤ ਜਿਹੜਾ ਹੈ ਉਹ ਵੀ 24 ਜਨਵਰੀ ਨੂੰ ਜਿਹੜਾ ਹੈ ਅਪਣਾਇਆ ਜਾਂਦਾ ਹੈ। ਨੈਕਸਟ ਹੈ, ਭਾਰਤੀ ਸੰਵਿਧਾਨ ਤੇ ਸਭ ਤੋਂ ਵੱਧ ਪ੍ਰਭਾਵ ਕਿਹੜੇ ਕਾਨੂੰਨ ਦਾ ਹੈ? ਸੋ ਰਾਈਟ ਇਸ ਦਾ ਆਂਸਰ ਭਾਰਤ ਸਰਕਾਰ ਕਾਨੂੰਨ 1935। ਸੋ 1935 ਦਾ ਐਕਟ ਸੀ ਜਿਹੜਾ, ਉਸਦਾ ਸਭ ਤੋਂ ਵੱਧ ਪ੍ਰਭਾਵ ਇਸ ਦੇ ਉੱਪਰ ਪਿਆ ਸੀ। ਅਗਰ ਅਸੀਂ ਗੱਲ ਕਰੀਏ ਕਿ ਸਾਡੇ ਕੰਸਟੀਟਿਊਸ਼ਨ ਦੇ ਉੱਪਰ ਜਿਹੜੀ ਸ਼ੁਰੂਆਤ ਹੈ, ਕੰਸਟੀਟਿਊਸ਼ਨ ਦੀ ਜਿਹੜੀ ਸ਼ੁਰੂਆਤ ਹੈ ਉਹ ਕਦੋਂ ਤੋਂ ਹੁੰਦੀ ਹੈ, ਤਾਂ 1773 ਦਾ ਰੈਗੂਲੇਟਿੰਗ ਐਕਟ ਸੀਗਾ, ਉੱਥੋਂ ਸਾਡੇ ਸੰਵਿਧਾਨ ਦੇ ਜਿਹੜੇ ਹਨ ਹੋਂਦ ਉਹ ਸ਼ੁਰੂ ਹੋ ਜਾਂਦੀ ਹੈਗੀ ਹੈ ਐਕਚੁਅਲ ਦੇ ਵਿੱਚ ਨਾ, ਸਾਡੇ ਸੰਵਿਧਾਨ ਜਾਂ ਭਾਰਤ ਦੇ ਵਿੱਚ ਕਾਨੂੰਨ ਬਣਾਉਣ ਦੀ ਜਿਹੜੀ ਪ੍ਰਕਿਰਿਆ ਹੈ ਉਹ 1773 ਤੋਂ ਸ਼ੁਰੂ ਹੁੰਦੀ ਹੈ, ਬਟ ਹੌਲੀ ਹੌਲੀ ਕਰਦੇ ਕਰਾਉਂਦੇ ਜਿਹੜਾ ਸਾਡਾ ਭਾਰਤ ਸਰਕਾਰ ਦਾ ਐਕਟ 1935 ਵਾਲਾ ਹੈ ਉਹ ਪੂਰਨ ਤੌਰ ਦੇ ਉੱਪਰ ਸਭ ਤੋਂ ਵੱਧ ਪ੍ਰਭਾਵ ਪਾਉਂਦਾ ਹੈ ਸਾਡੇ ਭਾਰਤੀ ਸੰਵਿਧਾਨ ਨੂੰ ਬਣਾਉਣ ਦੇ ਉੱਪਰ। ਨੈਕਸਟ ਹੈ, ਸੰਵਿਧਾਨ ਦੇ ਵਿੱਚ ਮੂਲ ਕਰਤੱਵ ਕਿਸ ਦੇਸ਼ ਤੋਂ ਲਏ ਗਏ ਨੇਗੇ? ਸੋ ਫੰਡਾਮੈਂਟਲ ਡਿਊਟੀਜ਼ ਦੀ ਗੱਲ ਕੀਤੀ ਗਈ ਹੈ ਇੱਥੇ, ਠੀਕ ਹੈ, ਕਿ ਇਹ ਕਿਹੜੇ ਦੇਸ਼ ਤੋਂ ਲਏ ਗਏ ਨੇਗੇ। ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਨੇ ਇਹ ਸੋਵੀਅਤ ਸੰਘ ਤੋਂ ਲਏ ਗਏ ਨੇ, ਯਾਨੀ ਕਿ ਰਸ਼ੀਆ ਤੋਂ ਲਏ ਗਏ ਨੇ, ਰੂਸ ਤੋਂ ਲਏ ਗਏ ਨੇ, ਠੀਕ ਹੈ। ਕਈ ਵਾਰ ਸੋਵੀਅਤ ਸੰਘ ਹੀ ਆ ਜਾਂਦਾ ਤੇ ਆਪਸ਼ਨ ਕਈ ਵਾਰ ਸਾਨੂੰ ਨਹੀਂ ਪਤਾ ਲੱਗਦਾ ਹਨ, ਤਾਂ ਰੂਸ ਵੀ ਜਿਹੜਾ ਹੈ ਇਸੇ ਨੂੰ ਹੀ ਕਿਹਾ ਜਾਂਦਾ ਹੈ, ਰਸ਼ੀਆ ਵੀ ਇਸੇ ਨੂੰ ਹੀ ਕਿਹਾ ਜਾਂਦਾ ਹੈ। ਨੈਕਸਟ ਹੈ, ਮੌਲਿਕ ਅਧਿਕਾਰ ਸਰਵਉੱਚ ਅਦਾਲਤ ਨਿਆਇਕ ਪੁਨਰੀਖਣ ਜੁਡੀਸ਼ੀਅਲ ਰਿਵਿਊ ਜਿਹਨੂੰ ਕਹਿ ਦਿੰਦੇ ਹਾਂ, ਨਿਆਂਪਾਲਿਕਾ ਦੀ ਸੁਤੰਤਰਤਾ, ਸੰਵਿਧਾਨ ਦੀ ਸਰਵਉੱਚਤਾ, ਰਾਸ਼ਟਰਪਤੀ ਦੇ ਮਹਾਂਵਿਭਯੋਗ ਦੀ ਪ੍ਰਕਿਰਿਆ ਯਾਨੀ ਕਿ ਰਾਸ਼ਟਰਪਤੀ ਨੂੰ ਹਟਾਉਣ ਦੀ ਪ੍ਰਕਿਰਿਆ, ਉਪ ਰਾਸ਼ਟਰਪਤੀ ਦਾ ਆਉਂਦਾ, ਇਹ ਸਾਰੀਆਂ ਧਾਰਨਾਵਾਂ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਅਸੀਂ ਲਈਆਂ ਨੇਗੀਆਂ? ਸੋ ਇਹ ਲਿਆ ਹੈ ਸੰਯੁਕਤ ਰਾਜ ਅਮੈਰੀਕਾ ਯਾਨੀ ਕਿ USA ਤੋਂ ਅਸੀਂ ਇਸ ਨੂੰ ਲਿਆ ਹੈਗਾ ਗਾ, ਜਿਹਦੇ ਵਿੱਚ ਫੰਡਾਮੈਂਟਲ ਰਾਈਟਸ, ਸੁਪਰੀਮ ਕੋਰਟ, ਨਿਆਇਕ ਪੁਨਰੀਖਣ ਜਿਹੜਾ ਹੈ, ਨਿਆਂਪਾਲਿਕਾ ਦੀ ਸੁਤੰਤਰਤਾ, ਸੰਵਿਧਾਨ ਦੀ ਸਰਵਉੱਚਤਾ, ਰਾਸ਼ਟਰਪਤੀ ਦੇ ਮਹਾਂਵਿਯੋਗ ਦੀ ਪ੍ਰਕਿਰਿਆ ਯਾਨੀ ਕਿ ਹਟਾਉਣ ਦੀ ਪ੍ਰਕਿਰਿਆ, ਅਤੇ ਉਪ ਰਾਸ਼ਟਰਪਤੀ ਦਾ ਹੁੰਦਾ, ਇਹ USA ਤੋਂ ਲਏ ਗਏ ਹੈਗੇ ਨੇ। ਨੈਕਸਟ ਹੈ, ਸੰਸਦੀ ਪ੍ਰਣਾਲੀ ਇੱਕ ਹੈਰੀ ਨਾਗਰਿਕਤਾ, ਕਾਨੂੰਨ ਦਾ ਸ਼ਾਸਨ, ਕਾਨੂੰਨ ਨਿਰਮਾਣ ਕਰਨ ਦੀ ਪ੍ਰਕਿਰਿਆ, ਸੰਸਦ ਦੇ ਵਿਸ਼ੇਸ਼ ਅਧਿਕਾਰ, ਦੋ ਸਦਨੀ ਵਿਧਾਨ ਮੰਡਲ ਦੀਆਂ ਧਾਰਨਾਵਾਂ ਜਿਹੜੀਆਂ ਨੇ, ਕਨਸੈਪਟ ਜਿਹੜੇ ਨੇ, ਉਹ ਕਿਹੜੇ ਸੰਵਿਧਾਨ ਤੋਂ ਲਏ ਨੇ? ਤਾਂ ਇਹ ਲਏ ਹੈਗੇ ਬ੍ਰਿਟਿਸ਼ ਸੰਵਿਧਾਨ ਤੋਂ, ਯਾਨੀ ਕਿ ਇੰਗਲੈਂਡ ਦੇ ਸੰਵਿਧਾਨ ਤੋਂ ਅਸੀਂ ਲਿਆ, ਬ੍ਰਿਟਿਸ਼ ਸੰਵਿਧਾਨ ਦੇ ਵਿੱਚੋਂ ਲਏ ਹੈ, ਜਿਸ ਦੇ ਵਿੱਚ ਸੰਸਦੀ ਪਾਰਲੀਮੈਂਟਰੀ ਸਿਸਟਮ, ਇੱਕ ਹੈਰੀ ਨਾਗਰਿਕਤਾ ਜਿਹੜੀ ਹੈ, ਸਿੰਗਲ ਸਿਟੀਜਨਸ਼ਿਪ, ਕਿ ਸਾਰੇ ਭਾਰਤ ਦੇ ਵਿੱਚ ਇੱਕੋ ਹੀ ਜਿਹੜੇ ਹੈ ਨਾ, ਇੱਕੋ ਹੀ ਨਾਗਰਿਕਤਾ ਜਿਹੜੀ ਹੈ ਉਹ ਅਪਣਾਈ ਜਾਂਦੀ ਹੈ, ਕਾਨੂੰਨ ਦਾ ਸ਼ਾਸਨ ਰਹੂਗਾ, ਕਾਨੂੰਨ ਦੇ ਨਿਰਮਾਣ ਦੀ ਪ੍ਰਕਿਰਿਆ, ਸੰਸਦ ਦੇ ਵਿਸ਼ੇਸ਼ ਅਧਿਕਾਰ, ਦੋ ਸਦਨੀ ਵਿਧਾਨ ਮੰਡਲ, ਇਹ ਸਾਰੇ ਬ੍ਰਿਟਿਸ਼ ਸੰਵਿਧਾਨ ਤੋਂ ਲਏ ਗਏ ਨੇ। ਨੈਕਸਟ ਹੈ, ਸਰਕਾਰ ਦੀ ਸੰਘੀ ਵਿਵਸਥਾ, ਕੇਂਦਰ ਅਤੇ ਰਾਜਾਂ ਦੇ ਵਿੱਚ ਸ਼ਕਤੀਆਂ ਦੀ ਵੰਡ, ਇਹ ਧਾਰਨਾਵਾਂ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਈਆਂ ਨੇਗੀਆਂ? ਤਾਂ ਇਹ ਅਸੀਂ ਕੈਨੇਡਾ ਦੇ ਸੰਵਿਧਾਨ ਤੋਂ ਲਈਆਂ ਨੇ, ਜਿਸ ਦੇ ਵਿੱਚ ਸਰਕਾਰ ਦੀ ਸੰਘੀ ਵਿਵਸਥਾ, ਫੈਡਰਲ ਸਿਸਟਮ ਜਿਹੜਾ ਹੈ, ਅਤੇ ਕੇਂਦਰ ਅਤੇ ਰਾਜਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਜਿਹੜੀ ਹੈ ਉਹ ਵੀ ਅਸੀਂ ਕੈਨੇਡਾ ਤੋਂ ਹੀ ਲਏ ਹੋਏ ਕਨਸੈਪਟ ਨੇ। ਨੈਕਸਟ ਹੈ, ਕੇਂਦਰ ਅਤੇ ਰਾਜਾਂ ਦੇ ਵਿੱਚ ਸੰਬੰਧ, 7ਵੀਂ ਅਨੁਸੂਚੀ ਦੀ ਸੰਵਰਤੀ ਸੂਚੀ ਅਤੇ ਪ੍ਰਸਤਾਵਨਾ ਦੀ ਭਾਸ਼ਾ ਆਦਿ ਕਿਸ ਦੇਸ਼ ਤੋਂ ਲਏ ਹੈਗੇ ਨੇ? ਕੇਂਦਰ ਅਤੇ ਰਾਜਾਂ ਦੇ ਜਿਹੜੇ ਸੰਬੰਧ ਨੇ ਉਸ ਨਾਲ ਰਿਲੇਟਡ, 7ਵੀਂ ਅਨੁਸੂਚੀ ਦੇ ਵਿੱਚ ਸ਼ਾਮਲ ਸੰਵਰਤੀ ਸੂਚੀ ਅਤੇ ਪ੍ਰਸਤਾਵਨਾ ਦੀ ਜਿਹੜੀ ਭਾਸ਼ਾ ਹੈ ਉਹ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਈ ਹੈਗੀ ਹੈਗੀ? ਇਹ ਲਈ ਅਸੀਂ ਆਸਟ੍ਰੇਲੀਆ ਦੇ ਸੰਵਿਧਾਨ ਤੋਂ, ਠੀਕ ਹੈ। ਸੰਵਰਤੀ ਸੂਚੀ ਜਿਹੜੀ ਹੈ ਅਤੇ ਰਾਜਾਂ ਦੇ ਵਿੱਚ ਸੰਬੰਧ ਅਤੇ ਪ੍ਰਸਤਾਵਨਾ ਦੀ ਜਿਹੜੀ ਭਾਸ਼ਾ ਹੈ ਇਹ ਆਸਟ੍ਰੇਲੀਆ ਤੋਂ ਅਸੀਂ ਅਡਾਪਟ ਕੀਤੀ ਹੈ। ਨੈਕਸਟ ਹੈ, ਰਾਜ ਦੇ ਨੀਤੀ ਨਿਰਦੇਸ਼ਕ ਤੱਤ,
ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਰਾਸ਼ਟਰਪਤੀ ਦੀ ਚੋਣ, ਰਾਸ਼ਟਰਪਤੀ ਦੁਆਰਾ ਰਾਜ ਸਭਾ ਦੇ ਵਿੱਚ ਮੈਂਬਰਾਂ ਦੀ ਨਿਯੁਕਤੀ, ਜਿਹੜੇ ਕਿ 12 ਮੈਂਬਰ ਨਿਯੁਕਤ ਕਰਦਾ ਹੈ, ਇਹ ਤਰੀਕਾ ਇਹ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਏ ਹੈਗੇ ਨੇ? ਆਇਰਲੈਂਡ ਦੇ ਸੰਵਿਧਾਨ ਤੋਂ ਲਏ ਨੇ। ਡਾਇਰੈਕਟਿਵ ਪ੍ਰਿੰਸੀਪਲ ਜਾਂ ਰਾਜ ਦੀ ਨੀਤੀ ਨਿਰਦੇਸ਼ਕ ਤੱਤ, ਰਾਸ਼ਟਰਪਤੀ ਦੀ ਚੋਣ ਵਿਧੀ, ਰਾਸ਼ਟਰਪਤੀ ਦੁਆਰਾ ਰਾਜ ਸਭਾ ਦੇ ਵਿੱਚ ਮੈਂਬਰਾਂ ਦੀ ਨਿਯੁਕਤੀ ਦਾ ਤਰੀਕਾ। ਸੋ ਇਹ ਸਾਰੇ ਜਿਹੜੇ ਅਸੀਂ ਆਇਰਲੈਂਡ ਦੇ ਸੰਵਿਧਾਨ ਤੋਂ ਲਏ ਹੋਏ ਕਨਸੈਪਟ ਨੇ। ਨੈਕਸਟ ਹੈ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦਾ ਸਿਧਾਂਤ। ਕਾਨੂੰਨ ਦੇ ਦੁਆਰਾ ਸਥਾਪਿਤ ਪ੍ਰਕਿਰਿਆ ਦਾ ਸਿਧਾਂਤ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਹੈ? ਇਹ ਲਿਆ ਹੈ ਸੀ ਜਪਾਨ ਦੇ ਸੰਵਿਧਾਨ ਤੋਂ, ਜਿਸ ਦੇ ਅਨੁਸਾਰ ਕਾਨੂੰਨ ਦੇ ਦੁਆਰਾ ਸਥਾਪਿਤ ਪ੍ਰਕਿਰਿਆ ਦੇ ਸਿਧਾਂਤ ਨੂੰ ਫੋਲੋ ਕੀਤਾ ਜਾਂਦਾ ਹੈ। ਨੈਕਸਟ ਹੈ 39 ਨੰਬਰ, ਸੰਵਿਧਾਨ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਕਿਸ ਦੇਸ਼ ਤੋਂ ਲਈ ਹੈ? ਤਾਂ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਇਹ ਦੱਖਣੀ ਅਫਰੀਕਾ ਤੋਂ ਲਈ ਹੈ, ਜੋ ਕਿ ਸਾਡੇ ਕੌਂਸਟੀਟਿਊਸ਼ਨ ਦੇ ਆਰਟੀਕਲ 368 ਦੇ ਵਿੱਚ ਵਰਣਨ ਹੈ। ਸਾਡੇ ਕੌਂਸਟੀਟਿਊਸ਼ਨ ਦੇ ਵਿੱਚ ਜਿਹੜੀ ਸੋਧ ਹੁੰਦੀ ਹੈ ਉਹ ਆਰਟੀਕਲ 368 ਦੇ ਅਧੀਨ ਹੁੰਦੀ ਹੈ। ਓਕੇ, ਵੈਰੀ ਵੈਰੀ ਇੰਪੋਰਟੈਂਟ ਹੈ, ਅਤੇ ਇਹ ਅਸੀਂ ਕਨਸੈਪਟ ਦੱਖਣੀ ਅਫਰੀਕਾ ਤੋਂ ਲਿਆ ਹੋਇਆ ਹੈ। ਨੈਕਸਟ ਹੈ ਸੰਵਿਧਾਨ ਨੂੰ ਕਦੋਂ ਸਵੀਕਾਰ ਕੀਤਾ ਗਿਆ? ਤਾਂ 26 ਜਨਵਰੀ 1949 ਨੂੰ ਸਵੀਕਾਰ ਕੀਤਾ ਗਿਆ, ਪੂਰਨ ਤੌਰ ਤੇ 26 ਜਨਵਰੀ ਨੂੰ। ਅਤੇ ਅਗਰ ਗੱਲ ਕਰੀਏ ਪਹਿਲੀ ਵਾਰ ਕਦੋਂ ਸਵੀਕਾਰ ਕੀਤਾ ਗਿਆ, ਤਾਂ 26 ਨਵੰਬਰ 1949 ਨੂੰ, ਜੋ ਕਿ ਕੁਝ ਦਿਨ ਪਹਿਲਾਂ ਹੀ ਗੁਜ਼ਰ ਕੇ ਗਏ ਹੈ। ਓਕੇ, ਸੋ ਇਸ ਦਿਨ ਸਾਡੇ ਸੰਵਿਧਾਨ ਨੂੰ ਜਿਹੜਾ ਹੈ ਸਵੀਕਾਰ ਕੀਤਾ ਗਿਆ ਸੀ, ਜਿਸ ਨੂੰ ਕਾਨੂੰਨੀ ਦਿਵਸ ਦੇ ਰੂਪ ਦੇ ਵਿੱਚ ਅਸੀਂ ਮਨਾਉਂਦੇ ਹੈਗੇ ਹਾਂ। ਨੈਕਸਟ ਹੈ ਸੰਵਿਧਾਨ ਸਭਾ ਦੇ ਖਰੜੇ ਤੇ ਕਿੰਨੇ ਮੈਂਬਰਾਂ ਨੇ ਹਸਤਖਤ ਕੀਤੇ ਸੀ, ਸਾਈਨ ਕੀਤੇ ਸੀ? ਤਾਂ 284 ਮੈਂਬਰ ਸੀਗੇ 399 ਦੇ ਵਿੱਚੋਂ। ਸੋ ਕੁਝ ਮੈਂਬਰ ਸੀ ਜਿਹੜੇ ਪਾਕਿਸਤਾਨ ਦੇ ਵਿੱਚ ਚਲੇ ਗਏ ਸੀ 1947 ਦੀ ਵੰਡ ਤੋਂ ਬਾਅਦ, ਕੁਝ ਇੱਧਰ ਰਹਿ ਗਏ ਸੀਗੇ। ਤਾਂ ਟੋਟਲ ਸਾਡੇ ਕੋਲ ਹਨਾ 299 ਮੈਂਬਰ ਰਹਿ ਜਾਂਦੇ ਆ, ਉਹਨਾਂ ਦੇ ਵਿੱਚੋਂ 284 ਵਿਅਕਤੀ ਸੀਗੇ ਜਿਹੜੇ ਉਹ ਸਾਡੇ ਸੰਵਿਧਾਨ ਦੇ ਖਰੜੇ ਦੇ ਉੱਪਰ ਆਖਿਰ ਦੇ ਵਿੱਚ ਸਿਗਨੇਚਰ ਕਰਦੇ ਨੇਗੇ। ਅਤੇ ਆਖਰੀ ਸਿਗਨੇਚਰ ਜਿਹੜੇ ਹੁੰਦੇ ਆ ਉਹ ਡਾਕਟਰ ਰਜਿੰਦਰ ਪ੍ਰਸਾਦ ਦੇ ਹੁੰਦੇ ਨੇ, ਜੋ ਕਿ ਭਾਰਤ ਦੇ ਰਾਸ਼ਟਰਪਤੀ ਸੀ। ਨੈਕਸਟ ਹੈ ਕਿਹੜੀ ਸੰਵਿਧਾਨਿਕ ਧਾਰਾ ਦੇ ਅਨੁਸਾਰ ਛੂਆਛੂਤ ਦੀ ਮਨਾਹੀ ਕੀਤੀ ਗਈ ਹੈ, ਅਨਟਚੇਬਿਲਿਟੀ ਦੀ ਜਿਹੜੀ ਹੈ ਮਨਾਹੀ ਕੀਤੀ ਗਈ ਹੈ? ਤਾਂ ਆਰਟੀਕਲ 17 ਦੇ ਵਿੱਚ, ਵੈਰੀ ਵੈਰੀ ਇੰਪੋਰਟੈਂਟ ਆਰਟੀਕਲ ਹੈ, ਛੂਆਛੂਤ ਦਾ ਜਿਹੜਾ ਖਾਤਮਾ ਹੈ ਇਹ ਆਰਟੀਕਲ 17 ਦੇ ਅਧੀਨ ਕੀਤਾ ਗਿਆ ਹੈ। ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਕੁਐਸਚਨ ਹੈ। ਓਕੇ, ਨੈਕਸਟ ਹੈ ਕੰਟਰੋਲਰ ਅਤੇ ਆਡੀਟਰ ਜਨਰਲ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 6 ਸਾਲ ਜਾਂ 65 ਸਾਲ ਦੀ ਉਮਰ ਤੱਕ ਦਾ। ਕੰਟਰੋਲਰ ਅਤੇ ਆਡੀਟਰ ਜਨਰਲ ਜਿਹੜਾ ਹੈ ਇਸਦਾ ਕਾਰਜਕਾਲ 6 ਸਾਲ ਜਾਂ 65 ਸਾਲ ਦੀ ਉਮਰ ਤੱਕ ਹੁੰਦਾ ਹੈ। ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ? ਰਾਸ਼ਟਰਪਤੀ ਕਰਦਾ ਹੈ। ਮੁੱਖ ਚੋਣ ਕਮਿਸ਼ਨ ਜਿਹੜਾ ਹੈ ਉਹ ਰਾਸ਼ਟਰਪਤੀ ਦੇ ਦੁਆਰਾ ਚੁਣਿਆ ਜਾਂਦਾ ਹੈ, ਅਤੇ ਦੂਸਰੇ ਜਿਹੜੇ ਉਸਦੇ ਸਹਾਇਕ ਹੁੰਦੇ ਨੇ ਮੁੱਖ ਚੋਣ ਕਮਿਸ਼ਨਰ ਦੀ ਸਲਾਹ ਦੇ ਅਨੁਸਾਰ ਰਾਸ਼ਟਰਪਤੀ ਦੁਆਰਾ ਚੁਣਿਆ ਜਾਂਦੇ ਹਨ। ਨੈਕਸਟ ਹੈ ਕੋਈ ਬਿੱਲ ਧਨ ਬਿੱਲ ਹੈ ਜਾਂ ਨਹੀਂ ਹੈ ਤਾਂ ਫੈਸਲਾ ਕੌਣ ਕਰਦਾ ਹੈ? ਲੋਕ ਸਭਾ ਦਾ ਸਪੀਕਰ ਜਿਹੜਾ ਹੈ ਉਹ ਇਸ ਗੱਲ ਦਾ ਫੈਸਲਾ ਕਰਦਾ ਹੈ ਕਿ ਕਿਹੜਾ ਬਿੱਲ ਧਨ ਬਿੱਲ ਹੈ ਤੇ ਕਿਹੜਾ ਬਿੱਲ ਸਧਾਰਨ ਬਿੱਲ ਹੈ, ਅਤੇ ਲੋਕ ਸਭਾ ਦਾ ਸਪੀਕਰ ਜਿਹੜਾ ਹੈ ਇਸ ਸਾਰੀ ਚੀਜ਼ ਨੂੰ ਡਿਸਾਈਡ ਕਰਦਾ ਹੈ। ਠੀਕ ਹੈ, ਇੱਕ ਚੀਜ਼ ਧਿਆਨ ਰੱਖਣਾ ਕਿ ਧਨ ਬਿੱਲ ਜਿਹੜਾ ਹੈ ਉਹ ਸਿਰਫ ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ, ਰਾਜ ਸਭਾ ਦੇ ਵਿੱਚ ਉਸਨੂੰ ਪਹਿਲਾਂ ਪੇਸ਼ ਨਹੀਂ ਕੀਤਾ ਜਾ ਸਕਦਾ। ਨੈਕਸਟ ਹੈ 40 ਨੰਬਰ, ਰਾਜ ਸਭਾ ਦੀਆਂ ਹਰੇਕ 2 ਸਾਲਾਂ ਬਾਅਦ ਹੋਣ ਵਾਲੀਆਂ ਚੋਣਾਂ ਸੰਬੰਧੀ ਅਧਿਸੂਚਨਾ ਕੌਣ ਜਾਰੀ ਕਰਦਾ ਹੈ? ਸੋ ਰਾਈਟ ਇਸ ਦਾ ਆਨਸਰ ਚੋਣ ਕਮਿਸ਼ਨ। ਸੋ ਚੋਣ ਕਮਿਸ਼ਨ ਜਿਹੜਾ ਹੈ ਰਾਜ ਸਭਾ ਦੀਆਂ ਚੋਣਾਂ ਦੀ ਹਰੇਕ 2 ਸਾਲ ਬਾਅਦ ਜਿਹੜੀ ਹੈ ਚੋਣਾਂ ਦੀ ਅਧਿਸੂਚਨਾ ਜਾਂ ਸੂਚਨਾ ਜਾਰੀ ਕਰਦਾ ਹੈ। ਸੋ ਅਸੀਂ ਪੜ੍ਹਿਆ ਹੈ ਕਿ ਜਿਹੜੇ ਮੈਂਬਰ ਨੇਗੇ ਲੋਕ ਰਾਜ ਸਭਾ ਦੇ ਉਹ ਹਰ 2 ਸਾਲਾਂ ਬਾਅਦ 1/3 ਜਿਹੜੇ ਆ ਉਹ ਰਿਟਾਇਰ ਹੋ ਜਾਂਦੇ ਨੇ, ਸੋ ਉਹਨਾਂ ਦੀ ਜਗ੍ਹਾ 'ਤੇ ਨਵੇਂ ਜਿਹੜੇ ਨੇ ਉਹ ਭਰਤੀ ਕੀਤੇ ਜਾਂਦੇ ਨੇ ਹਰ 2 ਸਾਲਾਂ ਬਾਅਦ, ਅਤੇ ਸੂਚਨਾ ਚੋਣ ਕਮਿਸ਼ਨਰ ਦੇ ਦੁਆਰਾ ਜਾਰੀ ਕੀਤੀ ਜਾਂਦੀ ਹੈ। ਰਾਸ਼ਟਰਪਤੀ ਸੰਵਿਧਾਨ ਦੀ ਕਿਹੜੀ ਧਾਰਾ ਦੇ ਅਧੀਨ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ? ਤਾਂ ਅਨੁਛੇਦ 85 ਦੇ ਅਧੀਨ ਜਿਹੜਾ ਹੈ ਰਾਸ਼ਟਰਪਤੀ ਸੰਵਿਧਾਨ ਦੀ ਧਾਰਾ 85 ਦਾ ਇਸਤੇਮਾਲ ਕਰਦੇ ਹੋਏ ਲੋਕ ਸਭਾ ਨੂੰ ਜਿਹੜਾ ਹੈ ਭੰਗ ਕਰ ਸਕਦਾ ਹੈ। ਨੈਕਸਟ ਹੈ ਸੰਵਿਧਾਨ ਦੀ ਕਿਹੜੀ ਅਨੁਸੂਚੀ ਦੇ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ ਦੀ ਅਤੇ ਮੁੱਖ ਜੱਜ ਆਦਿ ਦੀਆਂ ਤਨਖਾਹਾਂ ਸੰਬੰਧੀ ਹੈ? ਧਿਆਨ ਰੱਖਣਾ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਅਤੇ ਮੁੱਖ ਜੱਜ ਸੁਪਰੀਮ ਕੋਰਟ ਦਾ ਹੈ, ਸੋ ਇਹਨਾਂ ਦੀਆਂ ਤਨਖਾਹਾਂ ਸੰਬੰਧੀ। ਤਾਂ ਦੂਜੀ ਅਨੁਸੂਚੀ ਹੈ ਇਸ ਦੇ ਵਿੱਚ ਜਿਹੜਾ ਹੈ ਤਨਖਾਹਾਂ ਦਾ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ। ਨੈਕਸਟ ਹੈ ਰਾਸ਼ਟਰਪਤੀ ਤੇ ਮਹਾਂਦੋਸ਼ ਚਲਾਉਣ ਦੇ ਲਈ ਕਿੰਨੇ ਦਿਨ ਪਹਿਲਾਂ ਜਿਹੜਾ ਹੈ ਨੋਟਿਸ ਦੇਣਾ ਪੈਂਦਾ ਹੈ? ਸੋ 14 ਦਿਨ ਪਹਿਲਾਂ ਜਿਹੜਾ ਹੈ ਲੋਕ ਸਭਾ ਦੇ ਵਿੱਚ ਇਹ ਪੇਸ਼ ਕਰਨਾ ਪਊਗਾ ਕਿ ਅਸੀਂ ਰਾਸ਼ਟਰਪਤੀ ਦੇ ਉੱਪਰ ਜਿਹੜਾ ਹੈ ਮਹਾਂਦੋਸ਼ ਦਾ ਮੁਕੱਦਮਾ ਲਗਾਉਣ ਜਾ ਰਹੇ ਹਾਂ, ਉਸ ਤੋਂ ਬਾਅਦ ਹੀ ਚਰਚਾ ਹੋ ਸਕਦੀ ਹੈ, ਪਹਿਲਾਂ ਨਹੀਂ ਹੋ ਸਕਦੀ। ਠੀਕ ਹੈ, ਤਾਂ ਇਹ ਜ਼ਰੂਰੀ ਹੈ ਕਿ 14 ਦਿਨ ਪਹਿਲਾਂ ਨੋਟਿਸ ਜਿਹੜਾ ਦੇਣਾ ਪੈਂਦਾ ਹੈ ਰਾਸ਼ਟਰਪਤੀ ਨੂੰ ਹਟਾਉਣ ਤੋਂ ਪਹਿਲਾਂ। ਨੈਕਸਟ ਹੈ 50 ਨੰਬਰ, ਰਾਸ਼ਟਰਪਤੀ ਦੀ ਚੋਣ ਕਿਹੜੀ ਧਾਰਾ ਦੇ ਅਧੀਨ ਹੁੰਦੀ ਹੈ? ਤਾਂ ਰਾਸ਼ਟਰਪਤੀ ਦੀ ਚੋਣ ਜਿਹੜੀ ਹੈ ਉਹ ਆਰਟੀਕਲ 54 ਦੇ ਅਧੀਨ ਹੈ, ਅਤੇ ਰਾਸ਼ਟਰਪਤੀ ਦੀ ਵਿਵਸਥਾ ਹੈ ਜਿਹੜੀ ਉਹ ਵਿਵਸਥਾ ਆਰਟੀਕਲ 52 ਦੇ ਵਿੱਚ ਹੈ।
ਕਿ ਗੱਲ ਕੀਤੀ ਗਈ ਹੈ ਰਾਸ਼ਟਰਪਤੀ ਚੋਣ ਸੰਬੰਧੀ, ਤਾਂ ਇਹ 54 ਦੇ ਵਿੱਚ ਹੈ ਅਤੇ ਰਾਸ਼ਟਰਪਤੀ ਦੀ ਵਿਵਸਥਾ ਜਿਹੜੀ ਹੈ ਉਹ ਆਰਟੀਕਲ 52 ਦੇ ਵਿੱਚ ਕੀਤੀ ਗਈ ਹੈ। ਠੀਕ ਹੈ ਜੀ, ਸੋ ਇਹ ਸੀ ਅੱਜ ਦੇ ਸਾਡੇ MCQ ਜੋ ਕਿ ਕਾਫੀ ਇੰਪੋਰਟੈਂਟ ਰਹਿਣਗੇ ਤੁਹਾਡੇ ਲਈ, ਉਮੀਦ ਕਰਦਾ ਹਾਂ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣ ਤੁਸੀਂ ਨਾ ਭੁੱਲਿਆ ਕਰੋ, ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮੱਚ।